हाय मैं मर जा, मैं कितना जी अपने बच्चे तो बगैर। हाय मैं मर जा, मैनू कोई गल नहीं जे आउंदी। ਰੋਂਦੀ ਕੁਰਲਾਉਂਦੀ ਇਹ ਮਾਂ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ। ਕੁਝ ਚਿਰ ਪਹਿਲਾਂ ਇਸਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਿਉਂਕਿ ਇਸਦੇ ਮੁੰਡੇ ਦਾ ਹੀ ਸੁਪਨਾ ਸੀ ਕਿ ਉਹ ਬਾਹਰ ਜਾ ਕੇ ਰੋਜ਼ੀ ਰੋਟੀ ਕਮਾਵੇ ਅਤੇ ਪੰਜਾਬ ਦੇ ਵਿੱਚ ਆਪਣੀ ਕੋਠੀ ਪਾਵੇ। ਤਾਂ ਕਰਕੇ ਮੁੰਡਾ ਕਾਫੀ ਸਾਲਾਂ ਤੋਂ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਤੇ ਅੱਜ ਉਸਦੀ ਮੌਤ ਹੋ ਗਈ ਹੈ। ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ 'ਚ ਮੌਤ ਹੋ ਗਈ, ਜਿਸ ਕਰਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਂ ਦਾ ਜਿਹੜਾ ਹਾਲ ਹੋਇਆ ਹੈ ਉਹ ਵੇਖਿਆ ਨਹੀਂ ਜਾ ਰਿਹਾ। ਦੇਖੋ ਕਿਵੇਂ ਰੋਂਦੀ ਕੁਰਲਾਉਂਦੀ ਆਪਣੇ ਮੁੰਡੇ ਨੂੰ ਯਾਦ ਕਰ ਰਹੀ ਹੈ। ਤਾਂ ਦੱਸ ਦਈਏ ਕਿ ਬਟਾਲਾ ਨਜ਼ਦੀਕੀ ਕਸਬਾ ਵਡਾਲਾ ਬਾਂਗਰ ਦੇ ਪ੍ਰਜਾਪਤ ਬਰਾਦਰੀ ਦੇ ਸੂਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ, ਜੋ ਕਿ 30 ਸਾਲਾਂ ਦਾ ਸੀ, ਰੋਜ਼ੀ ਰੋਟੀ ਕਮਾਉਣ ਦੇ ਲਈ 5 ਸਾਲਾਂ ਤੋਂ ਹਾਂਗਕਾਂਗ ਵਿਖੇ ਗਿਆ ਹੋਇਆ ਸੀ। ਉੱਥੇ ਸੋਹਣੀ ਚੰਗੀ ਕਮਾਈ ਕਰਕੇ ਆਪਣੇ ਮਾਂ ਬਾਪ ਦਾ ਅਤੇ ਪੂਰੇ ਪਰਿਵਾਰ ਦਾ ਖਿਆਲ ਰੱਖਦਾ ਸੀ, ਪੈਸੇ ਭੇਜਦਾ ਸੀ, ਪੰਜਾਬ ਵਿੱਚ ਆਪਣੀ ਕੋਠੀ ਪਾਉਣਾ ਚਾਹੁੰਦਾ ਸੀ। ਪਰ ਅਫਸੋਸ, ਬੀਤੇ ਐਤਵਾਰ ਉਸਦਾ ਦੇਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਕਰਕੇ ਉਸਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਹੁਣ ਬਹੁਤ ਹੀ ਬੁਰਾ ਹਾਲ ਹੈ। 3 ਕੁ ਦਿਨ ਪਹਿਲਾਂ ਸਾਡੇ ਹੀ ਗਵਾਂਢੀ ਨਿਰਮਲ ਸਿੰਘ ਜੀ, ਜਿਨ੍ਹਾਂ ਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ, ਉਹਨਾਂ ਦੇ ਪਿਤਾ ਜਿਹੜੇ ਸੱਜਣ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ, ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਅੱਜ 3 ਦਿਨ ਪਹਿਲਾਂ ਹੀ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ। ਸਾਨੂੰ ਪਤਾ ਲੱਗਾ, ਪੂਰੇ ਪਿੰਡ ਵਾਸ ਜਿਹੜੇ ਨਾਲ ਘਰ ਵਿੱਚ ਆਏ, ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ। ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਉਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ, ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ। ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ, ਮਗਰ ਇਕੱਲਾ ਇਕੱਲਾ ਉਹਨਾਂ ਦਾ ਬੇਟਾ ਸੀ, ਕੋਈ ਉਹਨਾਂ ਦੀ ਬੇਟੀ ਨਹੀਂ ਹੈ, ਉਹਦੀ ਸ਼ਾਦੀ ਵੀ ਨਹੀਂ ਹੋਈ। 7 ਸਾਲ ਪਹਿਲਾਂ ਉਹ ਬਾਹਰ ਗਿਆ ਸੀ, ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ, ਸੈਂਟਰ ਗੌਰਮੈਂਟ ਤੋਂ ਮੰਗ ਕਰਦਾ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ, ਉਹਨਾਂ ਦੇ ਬੱਚੇ ਦੀ ਜਿਹੜੀ ਹੈ ਮ੍ਰਿਤਕ ਦੇਹ ਜਿਹੜੀ ਆ ਉਹ ਸਾਨੂੰ ਜਿਹੜੀ ਉਹਦੇ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ। ਧੰਨਵਾਦ। ਬੇਟੇ ਨੂੰ ਅਟੈਕ ਹੋਇਆ ਭਾਜੀ, ਉਮਰ 27 ਸਾਲ ਜੀ, ਹਾਂਗਕਾਂਗ ਗਏ ਸੀ, ਬੇਟਾ ਕਮਾਈ ਕਰਨ ਚਲਾ ਗਿਆ। ਬਾਡੀ ਵੱਲੋਂ ਮਤਲਬ ਛੇਤੀ ਛੇਤੀ ਮਤਲਬ ਪੈਰਵਾਈ ਕੀਤੀ ਜਾਏ, ਉਹਦੇ ਲਈ ਸਰਕਾਰ ਨੂੰ ਬੇਨਤੀ ਹੈ ਅਤੇ ਸਰਵੇਹੀ ਸਰਕਾਰ ਨੂੰ ਬੇਨਤੀ ਹੈ। ਮੈਨੂੰ ਇਕੱਲਾ ਬੇਟਾ ਸੀ, ਉਹਦੇ ਮੂੰਹ ਵੀ ਦੇਖੀਦਾ ਸੀ, ਹਾਂਜੀ ਮੈਂ ਕਮਜ਼ੋਰੀ ਕਰੀਦੀ, ਸਬਜ਼ੀ ਦਾ ਕੰਮ ਕਰੀਦਾ, ਮੈਂ ਮਾੜਾ ਮੋਟਾ ਜਿਹੜਾ ਹੈ। ਬਲਵਿੰਦਰ ਸਿੰਘ, ਕੀ ਲੱਗਦਾ ਤੁਸੀਂ ਮਾਮਾ ਜੀ? ਕਿੰਨੀ ਉਮਰ ਸੀ ਮੁੰਡੇ ਦੀ? 27 ਸਾਲ। ਵਿਆਹਿਆ ਸੀ ਕਿ ਅਨਮੈਰਿਡ? ਅਨਮੈਰਿਡ ਸੀ। ਕੀ ਅਪੀਲ ਕਰਦੇ? ਅਪੀਲ ਇਹੋ ਹੀ ਸਰਕਾਰਾਂ ਨੂੰ ਕਰਦੇ ਹਾਂ ਕਿ ਜੋ ਵੀ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾਵੇ ਗੌਰਮੈਂਟ ਨੂੰ, ਹਾਂਜੀ, ਅਤੇ ਜਿਹੜੇ ਬਾਹਰ ਨਾ ਜਾਣ, ਬੱਚੇ ਇੱਥੇ ਆਪਣੇ ਮਾਂ ਪਿਓ ਦਾ ਖਿਆਲ ਰੱਖਣ, ਉਹਨਾਂ ਦੀ ਦੇਖਭਾਲ ਕਰਨ। ਅਤੇ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਅਤੇ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਅਤੇ ਬਾਹਰ ਦੇ ਪੰਜਾਬ ਦੇ ਜਵਾਨੀ ਜਿਹੜੇ ਬਾਹਰ ਰਹਿੰਦੇ ਉਹ ਨਾ ਰਹਿਣ, ਅਤੇ ਬੱਚਿਆਂ ਮਾਂ ਪਿਓ ਨੂੰ ਵੀ ਇੱਥੇ ਸਹੂਲਤ ਹੋਵੇ, ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ। ਹਾਂਜੀ ਸਰਕਾਰ ਨੂੰ ਇਹ ਮੈਸੇਜ ਕਰਦਾ, ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬੋਡੀ ਜਿਹੜੀ ਇੱਥੇ ਹੈ।